ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨੇ ਵਾਦਾ ਕੀਤਾ ਹੈ ਕਿ ਜੇਕਰ ਉਹ ਦੂਜੀ ਵਾਰ ਵਾਈਟ ਹਾਊਸ ਲਈ ਚੁਣੇ ਜਾਂਦੇ ਨੇ ਤਾਂ ਉਹ ਕੁਝ ਮੁਸਲਮ ਬਹੁਗਿਣਤੀ ਵਾਲੇ ਦੇਸ਼ਾਂ ਦੇ ਲੋਕਾਂ ਤੇ ਅਤੀਤ ਵਿੱਚ ਲਗਾਈ ਗਈ ਵਿਵਾਦਿਤ ਯਾਤਰਾ ਪਾਬੰਦੀ ਨੂੰ ਬਹਾਲ ਕਰ ਦੇਣਗੇ ਸ਼ਨੀਵਾਰ ਨੂੰ ਰਿਪਬਲਿਕਨ ਯਹੂਦੀ ਗੱਠ ਚੋਰ ਦੇ ਸਲਾਨਾ ਸਮੇਲਨ 'ਚ 트ੰਪ ਨੇ ਕਿਹਾ ਤੁਹਾਨੂੰ ਯਾਤਰਾ ਪਾਬੰਦੀ ਯਾਦ ਹੈ ਇੱਕ ਦਿਨ ਮੈਂ ਯਾਤਰਾ ਪਾਬੰਦੀ ਨੂੰ ਬਹਾਲ ਕਰਾਂਗਾ ਅਸੀਂ ਯਾਤਰਾ ਪਾਬੰਦੀ ਲਗਾਈ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀਗੇ ਕਿ ਸਾਡੇ ਦੇਸ਼ ਵਿੱਚ ਅਜਿਹੇ ਲੋਕ ਆਉਣ ਜੋ ਇਸ ਨੂੰ ਨੁਕਸਾਨ ਪਹੁੰਚਾਉਣ ਦੇ ਵਿੱਚ ਨੂੰ ਪਸੰਦ ਕਰਦੇ ਨੇ 트럼ਪ ਨੇ ਦਾਵਾ ਕੀਤਾ ਕਿ ਉਹਨਾਂ ਦੇ ਪ੍ਰਸ਼ਾਸਨ ਦੇ ਦੌਰਾਨ ਲਗਾਈ ਗਈ ਯਾਤਰਾ ਪਾਬੰਦੀ ਕਾਫੀ ਸਫਲ ਰਹੀ ਹੈ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਦੀ ਦੌੜ ਵਿੱਚ ਸ਼ਾਮਲ 트럼ਪ ਨੇ ਕਿਹਾ ਸਾਡੇ ਦੇਸ਼ ਵਿੱਚ 4 ਸਾਲਾਂ ਵਿੱਚ ਇੱਕ ਵੀ ਘਟਨਾ ਨਹੀਂ ਵਾਪਰੀ ਕਿਉਂਕਿ ਉਸੇ ਬੁਰੇ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਰੱਖਿਆ ਅਸੀਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਸਾਡੇ ਦੇਸ਼ ਵਿੱਚ ਇੱਕ ਵੀ ਘਟਨਾ ਨਹੀਂ ਵਾਪਰੀ 트럼ਪ ਨੇ 2017 ਵਿੱਚ ਆਪਣੇ ਰਾਸ਼ਟਰਪਤੀ ਕਾਰਜਕਾਲ ਦੀ ਸ਼ੁਰੂਆਤ ਤੇ ਦੌਰਾਨ ਇਰਾਨ, ਲੀਬੀਆ, ਸੋਮਾਲੀਆ, ਸੀਰੀਆ, ਯਮਨ, ਇਰਾਕ ਅਤੇ ਸੂਡਾਨ ਦੇ ਲੋਕਾਂ ਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਸੀ ਵਾਈਟ ਹਾਊਸ ਨੇ ਇਸ ਬਿਆਨ ਦੇ ਲਈ ਸਾਬਕਾ ਰਾਸ਼ਟਰਪਤੀ ਦੀ ਆਲੋਚਨਾ ਕੀਤੀ ਹੈ ਵਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ 2020 ਵਿੱਚ ਰਾਸ਼ਟਰਪਤੀ ਜੋ ਬਾਈਡਨ ਨੇ ਇਸਲਾਮੋਫੋਬੀਆ ਬਹੁਤ ਜ਼ਿਆਦਾ ਵਾਅਦੇ ਦੀ ਨਿੰਦਾ ਕੀਤੀ ਜਿਸ ਨੂੰ ਉਸਨੇ ਹੈਰਾਨੀ ਹਾਨੀਕਰਕ ਬਿਮਾਰੀ ਦੱਸਿਆ ਅਤੇ ਗੈਰ ਅਮਰੀਕੀ ਮੁਸਲਮਾਨਾਂ ਤੇ ਆਪਣੇ ਪਹਿਲਾ ਆਗੂ ਦੁਆਰਾ ਲਗਾਈ ਪਾਬੰਦੀ ਨੂੰ ਹਟਾ ਦਿੱਤਾ ਬੈਟਸ ਨੇ ਕਿਹਾ ਕਿ ਹੁਣ ਪਹਿਲਾ ਨਾਲੋਂ ਕਿਤੇ ਵੱਧ ਸਾਨੂੰ ਨਫ਼ਰਤ ਵਿਰੁੱਧ ਇਕਜੁੱਟ ਹੋਣ ਦੀ ਲੋੜ ਹੈ ਕਿਉਂਕਿ ਅਮਰੀਕੀ ਮੁਸਲਮਾਨ ਅਤੇ ਅਰਬ ਅਮਰੀਕੀ ਲਗਾਤਾਰ ਭਿਆਨਕ ਅਤੇ ਦਿਲ ਦਹਿਲਾਉਣ ਵਾਲੀ ਹਿੰਸਾਂ ਦਾ ਨਿਸ਼ਾਨਾ ਬਣੇ ਹੋਏ ਨੇ ਜਿਸ ਵਿੱਚ 6 ਸਾਲ ਦੀ ਉਮਰ ਦੇ ਬੱਚੇ ਸ਼ਾਮਲ ਨੇ